ਅੱਜ ਅਸੀਂ ਚੱਲੇ ਆ ਸਾਰੇ ਜਣੇ ਪਾਈਨ ਕ੍ਰੈਸਟ ਲੇਕ। ਇਹ ਜਿਹੜੀ ਲੇਕ ਆ ਇਹ ਈਸਟ ਸਾਈਡ ਪੈ ਜਾਂਦੀ ਆ ਕੈਲੀਫੋਰਨੀਆ ਦੀ, ਤੇ ਉਧਰ ਨੂੰ ਆਪਾਂ ਹੁਣ ਜਾਈ ਜਾਂਦੇ ਆ ਈਸਟ ਕੈਲੀਫੋਰਨੀਆ। ਤੇ ਮੌਸਮ ਦੇਖੋ ਕਿੰਨਾ ਵਧੀਆ। ਅਠਾਨਵੇਂ ਮੀਲ ਦਾ ਸਫ਼ਰ ਕਰਕੇ ਅਸੀਂ ਪਹੁੰਚ ਗਏ ਪਾਈਨ ਕ੍ਰੈਸਟ, ਤੇ ਮੌਸਮ ਦੇਖੋ ਕਿੰਨਾ ਵਧੀਆ। ਧੁੱਪ ਖਿੜੀ ਹੋਈ ਆ, ਠੰਡ ਵੀ ਆ ਤੇ ਧੁੱਪ ਵੀ ਆ। ਧੁੱਪ ਸੋਹਣੀ ਲੱਗਦੀ ਹੈ, ਚੌਬਦੀ ਨਹੀਂ ਹੈਗੀ। ਆ ਜਾ ਨਾ, ਨਾਲ ਹੀ ਲਿਆ ਆ ਦੇ, ਇਹਦੇ 'ਚ ਪਾ ਲਾਂਗੇ। ਅਤੇ ਹੁਣ ਆਪਾਂ ਤੁਰ ਕੇ ਚੱਲਦੇ ਹਾਂ ਲੇਕ ਵੱਲ। ਮਾਹੌਲ ਪੂਰਾ ਹੀ ਕੈਮ ਆ, ਦੇਖੋ ਕਿੰਨਾ ਵਧੀਆ ਵੈਦਰ ਆ, ਪਾਣੀ ਵੀ ਠੰਡਾ ਤੇ ਸਾਫ। ਅੰਕਲ ਕਹਿੰਦਾ ਕੋਈ ਕੋਲਡ ਨਹੀਂ ਪਰ ਹੈ ਠੰਡਾ, ਉਈ ਕਹੀ ਜਾਂਦਾ ਉੱਪਰੋਂ ਉੱਪਰੋਂ ਨਹਾਉਣ ਦਾ ਮਾਰਾ। ਲਓ ਜੀ ਨਹਾਉਣ ਦਾ ਮਾਹੌਲ ਕੈਂਸਲ ਕਰਕੇ ਦਿੰਦੇ ਹਾਂ, ਕਹਿੰਦੇ ਵੀ ਬਾਅਦ 'ਚ ਨਹਾਵਾਂਗੇ ਜਦੋਂ ਧੁੱਪ ਦੀ ਥੋੜ੍ਹੀ ਚੜ੍ਹਗੀ। ਅਤੇ ਉਨਾ ਟਾਈਮ ਕਰਦੇ ਕਹਿੰਦੇ ਅਸੀਂ ਬੋਟਿੰਗ, ਨਾਲੇ ਥੋੜ੍ਹਾ ਜਿਹਾ ਧੁੱਪ ਚੜ੍ਹਦੀ ਹੁੰਦੀ, ਨਾਲੇ ਕਹਿੰਦੇ ਉਨਾ ਟਾਈਮ ਤੁਹਾਨੂੰ ਘੁਮਾਓ। ਬੜਾ ਨਜ਼ਾਰਾ ਆ ਰਿਹਾ ਬੋਟਿੰਗ ਦਾ, ਪਹਿਲੀ ਵਾਰ ਕਰੀਏ ਖਾਸੇ ਟਾਈਮਾਂ ਬਾਅਦ, ਜਿਹਦਾ ਵੀ ਖਾਸੇ ਟਾਈਮਾਂ ਮੌਸਮ ਵੀ ਵਧੀਆ ਲੱਗਦਾ। ਬੋਟ ਐਂ ਜਾਂਦੀ ਹੈ ਜਿਵੇਂ ਨਾ ਟੈਂਕੂ ਜਾਂਦਾ, ਉਹ ਬੜੇ ਤੁਹਾਨੂੰ ਦੇਖਦੀ ਹੁੰਦੀ ਕੰਧ ਜੀ, ਉਹ ਲੇਕ ਨੂੰ ਇਹਨੂੰ ਝੀਲ ਨੂੰ ਬੰਨ ਮਾਰਿਆ ਅਤੇ ਆਪਾਂ ਉੱਧਰ ਨੂੰ ਜਾਈਏ ਜਿਵੇਂ ਕੀ ਮਾਹੌਲ ਹੈ। ਉਹ ਪੁਲ ਬਣਿਆ ਹੋਇਆ ਲੋਕ ਉੱਧਰੋਂ ਕ੍ਰੋਸ ਕਰਕੇ ਇਸ ਪਹਾੜ ਤੋਂ ਉੱਤੇ ਪਹਾੜ ਤੋਂ। ਆਪਣੇ ਪੰਜਾਬੀ ਦੀ ਇਹ ਗੱਲ ਆ ਵੀ ਜਿਹਨੂੰ ਕੋਈ ਨਵਾਂ ਸੁਣਦਾ ਮਿਲ ਜਾਏ ਤੇ ਉਹ ਨਹੀਂ ਪੰਗੇ ਨੇ ਕਰਦੇ, ਉਹ ਵੀ ਇਹ ਕਹਿੰਦੀ ਹੈ। ਮੈਂ ਕਿਹਾ ਚੱਲ ਆ ਜਾਂਦੇ। ਡੇਢ ਘੰਟਾ ਕਿਸ਼ਤੀ ਚਲਾਉਣ ਤੋਂ ਬਾਅਦ ਹੁਣ ਕਹਿੰਦੇ ਜੀ ਅਸੀਂ ਨਹਾਉਣਾ, 12 ਵੱਜ ਗਏ ਅਤੇ ਹੁਣ ਅਸੀਂ ਨਹਾਉਣ ਵਾਲੇ ਪਾਸੇ ਜਾਈ ਜਾਂਦੇ ਅਤੇ ਲੱਭ ਰਹੇ ਹਾਂ ਜੇ ਕੋਈ ਥਾਂ ਚੰਗਾ ਜਿਹਾ ਮਿਲ ਜੇ ਤਾਂ ਉੱਥੇ ਡੇਰੇ ਲਾਏ। ਦਰੱਖਤ ਦੇਖੋ ਕਿੰਨੇ ਉੱਚੇ ਨੇ, ਵਿਚਲੀ ਸੂਰਜ ਬਾਈ ਝਾਤੀਆਂ ਮਾਰ। ਪੰਦਰਾਂ ਮਿੰਟ ਤੁਰਨ ਤੋਂ ਬਾਅਦ ਤੇ ਸਾਨੂੰ ਆਹ ਥਾਂ ਲੱਭੀ ਤੇ
देखो हम असी इतने चुगिया मारनिया न्याण ने चलो ये पढ़ जाओ बिच ठंडा तो नहीं कर ला कर ला कर ला चल हूं बिच तू इत बैठा गया पानी देखो कितना साफ है उन्ना ही मौसम साफ आ पानी भी उन्ना ही साफ आ वो जड़े पहाड़ ने उन्ना दी स्नो पिघल के इत्थे आई हुई है उन्हीं आ झील बनाई है एक चीज देखो जूम करदा ए आ दे प्यो पुत ने यह तो देखो कि मच्छियां फड़ना यह ने सब कुछ सीख जाते ने छोटे होंगे जी गुण सिखाई जाता उन्होंने गुर आ है कुत्ता लगती सील आ ये बॉल चक्की आता अंदर वाह भी वाह आ जा ले आ ले आ बस जो किश्ती चला उधर एक झरना सी वह देखने जाना हूं मैं तो हूँ बजते हैं दोपहर के दो ते देखने कदों तक उधर पहुंचते हैं वधिया इधर नहीं गोरिया के वकेशन होम इतने आ गए वो रेंदे आपकी दो चार दिन उरे लाते आपके तो फिर चले जाते आ राजा वधिया बनिया होया सीगा इस झील के चफेरे बनिया होया सारे पासे आ देखो एक होर आ गया घर किसी का वो पिछे आ पानी की आवाज सुन कि वधिया यह होंगी कुदरत यह पानी जिन्ना देखने साफ है उन्ना पीन भी स्वाद आए पिघली हुई है तो इतने आई है तो यह साफ है पूरा फोन नू मैं नीचे रख के ते मैं क्या सोचा वो पत्थर पर चल के बहने तो देखते दे हैं इस झील का एक झाका जहा हरेक नूं आपदी जिंदगी जो थोड़े जे आपदे लई कीमती पल कढ़ने चाहीदे ने इहो जिहियां जगावां लई फिर थोड़ा मन चार्ज रहिंदा मन शांत रहिंदा अते वधिया विचार मन च आउंदे ने जिथों आपां तुरना शुरू कीता सी उत्थे थोड़ा जिहा राह होर तरहां दा सी ते इत्थे देखो कितना वधिया सीमेंटेड जिहा आ गया बिच ही पत्थर जिहे आ जांदे ने बिच ही ऐ सीमेंटेड जिहा बिच ही फिर कच्चा जिहा वधिया लगदा आ जा बीबी आ जा लंघिया आ जा आ जा हुण पौड़ियां आ गईआं चढ़न लई चल देखदे आं परले पासे जाके की आ इही राह होणा होर तां कोई है नहीं यार पौड़ियां चढ़ के ते परले पासे देखदे आं की आ चल भी मुंडिया चढ़ जा पौड़िया देखिए की है परले हाथ देखो झील कितनी वधिया लगती आ हा हा क्या नज़ारा बनया है रब ने कुदरत ये आ कुदरत
ਉਹ ਜਵਾਨ ਤਾਂ ਉੱਪਰ ਨੂੰ ਜਾਈ ਜਾਂਦਾ ਰਾਹ ਹੀ ਹੋਣਾ ਦੇਖਦਾ ਚੜ ਕੇ ਹਾਏ ਇਹ ਤਾਂ ਹੋਰ ਹੀ ਕੁਛ ਆ ਗਿਆ ਉੱਪਰ ਘਰ ਜਿਹਾ ਇਹ ਨੀ ਰਾਹ ਹੋਣਾ ਮਾਮਾ ਆਹ ਹਾਈਕਿੰਗ ਹੋ ਗਈ ਥੋੜ੍ਹੀ ਜਿਹੀ ਅਤੇ ਦੇਖੋ ਇੱਧਰੋਂ ਲੇਕ ਚੱਲ ਰਾਹ ਲੱਭਾਂ ਦੇਖਾਂ ਇਹਦੇ ਪਰਲੇ ਹੱਥ ਕੀ ਆ ਕਰਦੇ ਘਰ ਜਿਹਾ ਤਾਂ ਇਹ ਬੰਦ ਜਿਹਾ ਹੀ ਲੱਗਦਾ ਇੱਧਰ ਕੋਈ ਮੋਰਾ ਦਰਵਾਜ਼ਾ ਵੀ ਨਹੀਂ ਖੁੱਲ੍ਹਾ ਲੱਕੜਾਂ ਜੜੀਆਂ ਪਈਆਂ ਪਤੰਦਰਾਂ ਜਾਂ ਬਣਦਾ ਹੋਣਾ ਰਾਹ ਜਾਂ ਤਾਂ ਕੋਈ ਦਿਸਦਾ ਨਹੀਂ ਮੈਨੂੰ ਤਾਂ ਥੱਲੇ ਹੀ ਜਾਣਾ ਪੈਣਾ ਚੱਲ ਥੱਲੇ ਕੋਈ ਉਹੀ ਰਾਹ ਸੀ ਉਹੀ ਜਾਣਾ ਸੀ ਮੈਂ ਵੀ ਕਹਾਂ ਇੱਧਰ ਕਿੱਥੇ ਆ ਗਿਆ ਉਹ ਜਿਵੇਂ ਕਹਿੰਦੇ ਨਹੀਂ ਚਿੱਟੀ ਪੱਟੀ ਨਹੀਂ ਛੱਡਣੀ ਵੀਰ ਜੀ ਗੱਲ ਉਹੀ ਆ ਇਹ ਲਓ ਜੀ ਬੈਕ ਔਨ ਟਰੈਕ ਅਤੇ ਫਿਰ ਸ਼ੁਰੂ ਥੋੜ੍ਹੀ ਜਿਹੀ ਦੂਰ ਜਾ ਕੇ ਨਿੱਕੀ ਜਿਹੀ ਝਰਨੀ ਹੁੰਦੀ ਇਹ ਮੈਨੂੰ ਲੱਗਦਾ ਸਨੋ ਪਿਘਲ ਪਿਘਲ ਕੇ ਇੱਥੇ ਆਈ ਜਾਂਦੀ ਹੈ ਅਤੇ ਇਹ ਆਈ ਜਾਂਦੀ ਹੈ ਉਹ ਝੀਲ ਦੇ ਵਿੱਚ ਇੱਥੇ ਜਾਣਾ ਆਪਾਂ ਕਲੇਓ ਬਾਤ ਕਲੇਓ ਬਾਤ ਤੋਂ ਹੈ ਥੋੜ੍ਹੀ ਦੂਰ ਹੀ ਆ ਮੈਨੂੰ ਲੱਗਦਾ 5-10 ਕੁ ਮਿੰਟ ਜਾ ਕੇ ਅਤੇ ਆ ਜਾਣਾ ਪਾਣੀ ਦਾ ਖੜਕਾ ਜਿਹਾ ਸੁਣਨ ਲੱਗ ਗਿਆ ਨੇੜੇ ਤੇੜੀ ਆ ਕਿਤੇ ਹੁਣ ਕੰਮ ਆਈ ਐਮ ਕਲੋਜ਼ ਹਾਏ ਫਾਈਨਲੀ ਉਹ ਨੀਚੇ ਜਾ ਕੇ ਦਿਖਾਉਣ ਪਾਣੀ ਦਾ ਬਹਾ ਦੇਖੋ ਕਿੰਨੀ ਤੇਜ਼ ਦੇਖੋ ਜਾ ਕੇ ਦੇਖ ਹੀ ਦੇ ਹੜਤਾਲ ਸੁਣ ਲੱਗਾ ਠੰਡਾ ਪਾਣੀ ਯਾਰ ਕਾਟਾ ਪੈਂਦਾ ਪਾਣੀ ਇਹ ਹੈਗੀ ਹੈ ਜੀ ਕਲੇਓ ਬਾਰ ਇਹਦੇ ਹਾਈਕਰ ਨੇ ਨਿੱਕੀ ਜਿਹੀ ਪੁਲੀ ਪਾਰ ਕਰਕੇ ਅਤੇ ਪਾ ਲਿਆ ਪਹਾੜ ਦੇ ਉੱਤੇ ਲੈ ਜਾਂਦੇ ਨੇ ਅਤੇ ਫਿਰ ਉਹਦੀ ਹਾਈਕਿੰਗ ਜਾਰੀ ਹੈ ਪਾਣੀ ਦੇ ਨਵੀਂ ਤੁਸੀਂ ਉਹ ਸਾਹਮਣੇ ਬੈਠੇ ਹੋ ਬਹੁਤ ਦੂਰ ਆ ਜਿਹੜੀਆਂ ਅੱਖਾਂ ਨਾਲ ਦੇਖ ਕੇ ਸਵਾਦ ਆਉਂਦਾ ਨਾ ਉਹ ਕਹਿਣ ਦੇ ਵੀ ਮੈਂ ਸ਼ਾਇਦ ਉਹਨਾਂ ਨਹੀਂ ਆਉਂਦਾ ਹੁੰਦਾ ਕੀ ਕਰਦਾ ਲੀੜੇ ਲਾ ਕੇ ਵਿੱਚ ਛਾਲ ਮਾਰੀ ਪਰ ਪਾਣੀ ਹੈ ਹੀ ਠੰਡਾ ਬਹੁਤ
यहाँ मेरे सिर पे एक दरख्त था, देखो पत्थर पे है, दूर की जमीन सर। लो जी जांदी वार दा पूरा एक मुकम्मल चक्क, ते आ उधर नूं तुरे जांदे आ, इह उही पुली जी पार करनी है जिहड़ी ओह तुहानूं दिखाई सी। जिहड़ी ओह सीगा झरना जिहा, 3 बजे शुरू करिया सी उत्थों, साढ़े 3 हो गए, 20 मिनट होर लगने पहुंचना, कपौड़ियां ही बनिया। हुण तां आपां उही राह मुड़े जाने जिहड़े आपां गए सी, फटाफट चलिए हुण तां उधर नूं, ते देखिए न्याणे की करदे ने उधर। बहुत सोहना मौसम आ, मई दी 21 तरीक, अज मई 21 देख लो दरख्त पत्थर ते होया होया। दस 10 मिनट होर लगने तो चलिए फटाफट, सोहना मौसम है, गर्मी है, ठंड भी है गर्मी भी है। पाइन क्रेस्ट लेक लोगों के आपदे आपके घर मेरे लकड़ा बढ़ते हैं, वेकेशन होम बोट्स इतने टैक ने आराम ना बहते हैं करते आप उना 20 मिनट लगन गए किसी का घर उपर आ, वेकेशन होम कहें, छुट्टियां दा घर, छुट्टियां लई इत्थे घर पाए आ गोरियां दी, आ गोरियां दीयां बोटां। घट्टो घट 4-5 घंटे चाहिए ने पूरा चक्कर लाउण नूं लेक दा, 5-6 घंटे स्पेंड करन तों बाद ते हुण असीं चले आ वापस आपदे पिंड नूं, जाणी के सडाक्ट। इह हैगा जी 108 हाईवे,